ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਰਾਸ਼ਟਰੀ ਛਾਤਰ ਕਿਸਾਨ ਸੰਗਠਨ ਦੀ ਇੱਕ ਬੈਠਕ ਹੋਈ ਸੰਪੰਨ। ਹਰਪ੍ਰੀਤ ਸਿੰਘ ਅਬੂਨ ਨੂੰ ਚੁਣਿਆ ਗਿਆ ਯੂਨੀਅਨ ਦਾ ਨਵਾਂ ਜ਼ਿਲ੍ਹਾ ਪ੍ਰਧਾਨ। ਫਾਜ਼ਿਲਕਾ ਦੇ ਵਿੱਚ ਰਾਸ਼ਟਰੀ ਛਾਤਰ ਕਿਸਾਨ ਸੰਗਠਨ ਦੀ ਇੱਕ ਮੀਟਿੰਗ ਨਵੀਂ ਅਨਾਜ ਮੰਡੀ ਦੇ ਵਿੱਚ ਸੰਪੰਨ ਹੋਈ, ਜਿਸ ਦੇ ਵਿੱਚ ਸੰਗਠਨ ਦੇ ਪੰਜਾਬ ਪ੍ਰਧਾਨ ਤਰਸੇਮ ਸਿੰਘ ਪਹੁੰਚੇ, ਜਿਨ੍ਹਾਂ ਵੱਲੋਂ ਫਾਜ਼ਿਲਕਾ ਦੇ ਪਿੰਡ ਅਬੂਨ ਦੇ ਨਿਵਾਸੀ ਹਰਪ੍ਰੀਤ ਸਿੰਘ ਨੂੰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ। ਹਰਪ੍ਰੀਤ ਸਿੰਘ ਦੀ ਨਿਯੁਕਤੀ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਪਾਈ ਗਈ। ਇਸ ਦੇ ਨਾਲ ਹੀ ਪੰਜਾਬ ਪ੍ਰਧਾਨ ਵੱਲੋਂ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਨੂੰ ਆਪਣੀ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਚੱਕਣ ਦੇ ਅਧਿਕਾਰ ਵੀ ਉਹਨਾਂ ਵੱਲੋਂ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਨੂੰ ਸੌਂਪੇ ਗਏ। ਉਹਨਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਗਿਆ ਅਤੇ ਉਹ ਅੱਜ ਤੋਂ ਹੀ ਆਪਣਾ ਕੰਮ ਕਰਨਗੇ। ਨਾਮ ਤਰਸੇਮ ਸਿੰਘ ਜੀ, ਰਾਸ਼ਟਰੀ ਨੌਜਵਾਨ ਕਿਸਾਨ ਸੰਗਠਨ, ਪੰਜਾਬ ਪ੍ਰਧਾਨ ਜੀ। ਅੱਜ ਇੱਥੇ ਆਪਾਂ ਨਵੀਂ ਚੋਣ ਕੀਤੀ ਸੀ, ਸ਼ੁਰੂਆਤ ਕੀਤੀ ਹੈ ਫਾਜ਼ਿਲਕਾ ਦੇ ਆਸ ਪਾਸ ਪਿੰਡਾਂ ਦੇ ਵਿੱਚੋਂ ਨੌਜਵਾਨ ਕਿਸਾਨ ਵੀਰਾਂ ਦੀ ਚੋਣ ਕੀਤੀ ਹੈ। ਕਿਸਾਨੀ ਮੁੱਦਿਆਂ ਨੂੰ ਲੈ ਕੇ ਜੋ ਵੀ ਕੋਈ ਕਿਸਾਨਾਂ ਨੂੰ ਸਮੱਸਿਆਵਾਂ ਆਉਂਦੀਆਂ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜੀ। ਉਹਦੀ ਜਕ ਸੰਗਠਨ ਦੀ ਸ਼ੁਰੂਆਤ ਕਰਕੇ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਗਿਆ ਹਰਪ੍ਰੀਤ ਸਿੰਘ ਅਬੂਨ ਤੋਂ ਮੁੰਡਾ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਜਿਸ ਤਰ੍ਹਾਂ ਤੁਹਾਨੂੰ ਚੁਣਿਆ ਗਿਆ ਜੀ? ਮੈਂ ਆਪਣਾ ਤਰਸੇਮ ਜੀ ਦਾ ਬਹੁਤ ਧੰਨਵਾਦ ਕਰਦਾ। ਇਹ ਆਪਣੇ ਪੰਜਾਬ ਪ੍ਰਧਾਨ ਆ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ਫਾਜ਼ਿਲਕਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ। ਅਤੇ ਮੈਂ ਆਪਣੇ ਸਾਰੇ ਸੱਜਣਾਂ ਦਾ ਜਿਹੜੇ ਇੱਥੇ ਟਾਈਮ ਕੱਢ ਕੇ ਆਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਅਤੇ ਮੈਂ ਜੋ ਵੀ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਦਿੱਤੀ ਹੈ ਮੈਂ ਉਹ ਜ਼ਿੰਮੇਵਾਰੀ ਬੇਖੂਬ ਨਿਭਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।